ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਹਾਨੂੰ ਪਤਾ ਹੀ ਹੈ, ਇਸ ਸਮੇਂ ਪੂਰੇ ਸੰਸਾਰ ਦੇ ਵਿੱਚ ਕਰੋਨਾ ਵਾਇਰਸ ਕਰਕੇ ਕਿੰਨੇ ਯਤਨ ਕੀਤੇ ਜਾ ਰਹੇ ਹੈ ਵੀ ਵੱਧ ਤੋਂ ਵੱਧ ਫਾਇਦਾ ਹੋ ਸਕੇ, ਲੋਕਾਂ ਨੂੰ ਇਸ ਤੋਂ ਨਿਜਾਤ ਮਿਲ ਸਕੇ। ਪਰ ਇੱਕ ਮੈਂ ਤੁਹਾਨੂੰ ਆਹ ਇੱਕ ਕਲੋਨੀ ਦਾ ਦਿਖਾਉਣ ਲੱਗਿਆ ਜੀ। ਇਸ ਕਲੋਨੀ ਦੇ ਵਿੱਚ ਪੂਰੇ ਸੰਸਾਰ ਦੇ ਲਈ ਲੋਕ ਕਰੋਨਾ ਤੋਂ ਬਚ ਸਕੇ ਕੀ ਕੁਝ ਕਰ ਰਹੇ ਹੈ ਜੀ। ਅਤੇ ਮੈਂ ਤਾਂ ਚਾਹੁੰਦਾ ਵੀ ਸਾਰੇ ਪਾਸੇ ਦੇਖੋ, ਹੈ ਤਾਂ ਲੋਕ ਫਰੀ ਹੋ ਹੈ ਨਾ, ਪਰ ਇਹ ਕੰਮ ਹੋਰ ਵੀ ਸਾਰੇ ਕਰ ਸਕਦੇ। ਇੱਕ ਕਲੋਨੀ ਦੇ ਵਿੱਚ ਇਕੱਲਾ ਇਕੱਲਾ ਬੰਦਾ, ਹਰ ਇੱਕ ਬੰਦਾ ਆਪਣੀ ਲੌਬੀ ਦੇ ਵਿੱਚ ਆ ਕੇ, ਕੋਈ ਬਾਲਕੋਨੀ ਦੇ ਵਿੱਚ ਆ ਕੇ ਕੀ ਕੰਮ ਕਰ ਰਿਹਾ ਕਰੋਨਾ ਦੇ ਲਈ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਨਾਲੇ ਲਾਸਟ ਤੱਕ ਦੇਖ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਵੀ ਕਰਿਓ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਵੀ ਕਿਉਂ ਨਾ ਅਸੀਂ ਵੀ ਰਲ ਮਿਲ ਕੇ ਸਾਰੇ ਜਣੇ ਇੱਕ ਇੱਕ ਪਾਠ ਆਪਣੇ ਇੱਕ ਘਰ ਦੇ ਵਿੱਚ ਜ਼ਰੂਰ ਕਰੀਏ ਮਨੁੱਖਤਾ ਦੀ ਭਲਾਈ ਵਾਸਤੇ। ਅਤੇ ਜਿੱਥੇ ਆਪਾਂ ਸਰਬ ਦਾ ਭਲਾ ਮੰਗਣਾ ਹੈਗਾ, ਸਰਬ ਦੇ ਭਲੇ ਦੇ ਵਿੱਚ ਆਪਣਾ ਸਾਰਿਆਂ ਦਾ ਭਲਾ ਵੀ ਹੋਊਗਾ। ਕਿਉਂਕਿ ਇਹ ਇੱਕ ਸਮਾਂ ਮਿਲਿਆ ਹੋਇਆ, ਇਹ ਆਪਾਂ ਨੂੰ ਜਿਹੜਾ
ਬਸ ਪਰਮਾਤਮਾ ਦੀ ਕਿਰਪਾ ਦੇ ਨਾਲੇ ਮਿਲਿਆ, ਜਿਕਣਾ ਮਰਜ਼ੀ ਲਾ ਲਓ ਤੁਸੀਂ ਇਹਨੂੰ, ਬਈ ਬੰਦਾ ਵਿਹਲਾ ਕਰਤਾ ਉਹ ਨਹੀਂ ਕਰਿਆ, ਉਹਦੇ ਹੁਕਮ 'ਚ ਹੋ ਰਿਹਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਦੇ ਹਿਸਾਬ ਗੱਲ ਹੋ ਰਿਹਾ। ਬਸ ਸਾਡੇ ਕੋਲ ਇੱਕੋ ਕੰਮ ਹੈਗਾ ਵੀ ਅਸੀਂ ਬਚਾਓ ਰੱਖਣਾ ਹੈਗਾ। ਇੱਕ ਤਾਂ ਨੰਬਰ ਦੋ, ਜਿੰਨਾ ਸਮਾਂ ਵਿਹਲਾ ਹੈਗਾ ਜੀਵਨ ਦੇ ਘੜੀਆਂ ਨੂੰ ਸਫਲਾ ਕਰੀਏ, ਆਪਾਂ ਵੀ ਸੁਖਮਨੀ ਸਾਹਿਬ ਦੇ ਜਾਪ ਆਪਣੇ ਆਪਣੇ ਘਰ ਦੇ ਵਿੱਚ ਇੱਕ ਇੱਕ ਜ਼ਰੂਰ ਕਰੀਏ ਰਲ ਮਿਲ ਕਰਕੇ, ਅਤੇ ਇੰਨੀ ਕੁ ਬੇਨਤੀ ਨੂੰ ਪ੍ਰਵਾਨ ਕਰਨਾ ਜੀ, ਵੱਧ ਤੋਂ ਵੱਧ ਵੀਡੀਓ ਜ਼ਰੂਰ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।